सत श्री अकाल दोस्तों, मॉडर्न खेती टीवी चैनल ते तुहाडा स्वागत करदे आं। अज दी इस वीडियो दे विच आपां गल करांगे अपनी मुख फसल जो कि झोना, ते इस दे बारे आपां गल करनी आ कि शुरू तों लैके एंड तक आपां बहुत ही सांभ संभाल ते मेहनत दे नाल अपनी फसल नूं पालदे आं, ते उस तों बाद की हुंदा है जदों लास्ट स्टेज आखिरी स्टेजां आ जांदियां ने, जदों भगोले दी स्टेज आउंदी है जां फिर आपां इहनूं बूटिंग स्टेज कहिंदे आ, उस समय अपनी फसल है जिहड़ी उह काफ़ी ज़्यादा मल जाती है, पल जाती है, तो तंदुरुस्त होंदी है, देखण नूं बहुत वधिया तंदुरुस्त लगती है। तो उस समय आपां सोचदे हां भी हुण अपनी फसल है जिहड़ी उह पार हो गई, भी इहदी हुण आपां नूं केयर घट करन दी जरूरत हैगी आ, पर इत्थे ही आपां गलती करदे हां। जदों बूटिंग स्टेज आउंदी है उदों ही आपां नूं सांभ संभाल दी इहदी ज़्यादा जरूरत होंदी है। कुछ जिहड़ियां गल्लां ने उहनां दा ख्याल रख के आपां सारी अपनी फसल नूं शुरू तों लैके एंड तक वधिया रख सकते हैं, तो वधिया चंगा आपां मुनाफा कमा सकते हैं। जिन्नियां भी आपां ने पहलां खादां पाईआं हुंदियां ने, जिन्नी भी मेहनत कीती हुंदी आ, उहनां दा कोई फायदा नहीं रहिंदा जे आपां लास्ट दे विच इस दी संभाल आ उह नहीं करदे हैगे। इत्थे आपां ने गल करनी आ भी की हुंदा जे आपां संभाल नहीं करदे, उह अपनी फसल आ जिहड़ी उह डैमेज होणी शुरू हो जांदी आ, झोने दे पत्ते ने जिहड़े उह पीले होण लग जांदे ने। तुसीं अक्सर देखिआ होऊगा कई बार अपने नाल गलत दवाइयां आपां जदों वरत लैंदे आ, चूज़ गलत कर लैंदे आ, फंगीसाइड जां कुछ भी होर, तां अपने नाल इदां दा हो जांदा, अपनी फसल है जिहड़ी उह सही नहीं रहिंदी, पीले पत्ते होण लग जांदे ने। ते झोने दा मेन आ जिहड़ा झंडा पत्ता हुंदा उह आ जिहड़ा डैमेज हो जांदा, उहदे उत्ते दाग पै जांदे ने, ते पीलापण आ जिहड़ा उह अपने झोने दे फसल दे विच उह आउणा शुरू हो जांदा। नुकसानां दी जे आपां गल करिए, जदों उह झंडे पत्ते ने ही मेन खुराक है जिहड़ी उह बणाउणी हुंदी आ, खुराक पत्ते तों जड़ तक जाणी हुंदी आ ते जड़ तों पत्ते तक, ਇਹ ਜਿਹੜਾ ਉੱਪਰ ਥੱਲੇ ਹੁੰਦਾ ਰਹਿੰਦਾ, ਅਤੇ ਉਸ ਤੋਂ ਬਾਅਦ ਲਾਸਟ ਦੇ ਵਿੱਚ ਆਪਣੀ ਹੈ ਜਿਹੜੀ ਝੋਨੇ ਦੀ ਮੁੰਜਰ ਹੈ ਦਾਣੇ ਨੇ ਉਹਦੇ ਵਿੱਚ ਖੁਰਾਕ ਹੈ ਜਿਹੜੀ ਉਹ ਪਹੁੰਚਣੀ ਹੁੰਦੀ ਹੈ, ਤਾਂ ਕਿ ਉਹ ਸਾਰੇ ਦਾਣੇ ਆਪਣੇ ਤੰਦਰੁਸਤ ਬਣ ਸਕਣ। ਇਹ ਤੰਦਰੁਸਤ ਦਾਣੇ ਤਾਂ ਹੀ ਬਣਨਗੇ ਜੇ ਆਪਣਾ ਮੇਨ ਪੱਤਾ ਹੈ ਜਿਹੜਾ ਸੂਰਜ ਤੋਂ ਰੋਸ਼ਨੀ ਲੈ ਕੇ ਖੁਰਾਕ ਬਣਾਊਗਾ ਅਤੇ ਅੱਗੇ ਟ੍ਰਾਂਸਫਰ ਹੈ ਜਿਹੜੀ ਉਹ ਕਰੂਗਾ। ਅਤੇ ਜੇ ਆਪਣਾ ਪਹਿਲਾਂ ਹੀ ਪੱਤਾ ਪੀਲਾ ਹੋ ਗਿਆ ਤਾਂ ਉਹਨੇ ਖੁਰਾਕ ਬਣਾਉਣੀ ਹੈ ਜਿਹੜੀ ਉਹ ਘੱਟ ਕਰ ਦੇਣੀ ਹੈ ਜਾਂ ਬੰਦ ਕਰ ਦੇਣੀ ਹੈ। ਸੋ ਇਸ ਦੇ ਲਈ ਹੀ ਇੱਕ BASF ਕੰਪਨੀ ਦੁਆਰਾ ਸਲਟੀਮਾ ਨਾਮ ਦੀ ਦਵਾਈ ਹੈ ਜਿਹੜੀ ਉਹ ਫੰਗੀਸਾਈਡ ਬਣਾਇਆ ਗਿਆ, ਜਿਸਦੇ ਵਿੱਚ ਪੈਰੀਕਲਾਸਟਰੋਵਿਨ 10% CS ਜਿਹੜੀ ਫਾਰਮ ਉਹ ਹੈਗੀ ਆ। CS ਦਾ ਮਤਲਬ ਕੈਪਸੂਲ ਫਾਰਮ ਹੈ ਜਿਹੜੀ ਕਿ ਪੱਤੇ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਰਚ ਕੇ ਉਹ ਦਵਾਈ ਆਪਣਾ ਕੰਮ ਕਰਦੀ ਹੈ। ਇਸ ਦੇ ਆਪਾਂ ਨੂੰ ਬਹੁਤ ਜ਼ਿਆਦਾ ਫਾਇਦੇ ਨੇ ਜਿਹੜੇ ਉਹ ਦਵਾਈ ਨੂੰ ਕਰਨ ਦੇ ਮਿਲਦੇ ਨੇ। ਸਭ ਤੋਂ ਪਹਿਲੀ ਗੱਲ ਤਾਂ ਆਪਣੀ ਸਾਰੀ ਦੀ ਸਾਰੀ ਫਸਲ ਹਰੀ ਭਰੀ ਰਹਿੰਦੀ ਆ, ਉਸ ਦੇ ਵਿੱਚ ਖੁਰਾਕ ਹੈ ਜਿਹੜੀ ਉਹ ਜ਼ਿਆਦਾ ਬਣਨ ਕਰਕੇ ਝੰਡਾ ਪੱਤਾ ਵੀ ਆਪਣਾ ਤੰਦਰੁਸਤ ਰਹਿੰਦਾ ਅਤੇ ਹਰਾ ਰਹਿੰਦਾ। ਜੇ ਉਹ ਝੰਡਾ ਪੁੱਤਾ ਆਪਣਾ ਤੰਦਰੁਸਤ ਰਹੂਗਾ ਤਾਂ ਹੀ ਉਹ ਖੁਰਾਕ ਬਣਾਊਗਾ ਜ਼ਿਆਦਾ, ਅਤੇ ਆਪਣੀ ਝੋਨੇ ਦੇ ਦਾਣਿਆਂ ਦੇ ਵਿੱਚ ਮੁੰਜਰ ਦੇ ਵਿੱਚ ਖੁਰਾਕ ਉਹ ਜਿਹੜੀ ਜ਼ਿਆਦਾ ਜਾਊ ਅਤੇ ਤੰਦਰੁਸਤ ਬਣੂਗੀ। ਅਤੇ ਇਸ ਤੋਂ ਬਿਨਾਂ ਜੇ ਆਪਾਂ ਗੱਲ ਕਰੀਏ ਵੀ ਜਿਵੇਂ ਬਾਸਮਤੀ ਦੀ ਫਸਲ ਹੈ, ਬਾਸਮਤੀ ਫਸਲਾਂ ਦੇ ਵਿੱਚ ਜਿਵੇਂ ਆਪਾਂ ਦੇਖ ਲਈਏ, ਜੇ ਆਪਣੇ ਝੋਨੇ ਦੇ ਦਾਣੇ ਦਾਗੀ ਰਹਿ ਜਾਣ, ਕਾਲਸ ਦੇ ਉੱਤੇ ਆ ਜਾਣ, ਤਾਂ ਆਪਣਾ ਮੰਡੀ ਦੇ ਵਿੱਚ ਆਪਾਂ ਨੂੰ ਮੁੱਲ ਹੈ ਜਿਹੜਾ ਉਹ ਘੱਟ ਮਿਲਦਾ। ਸੋ ਉਹ ਜਿਹੜੀ ਪ੍ਰੋਬਲਮਾਂ ਨੇ ਉਹ ਇਸੇ ਦੇ ਨਾਲ ਆਪਾਂ ਨੂੰ ਸੌਟ ਆਊਟ ਹੁੰਦੀਆਂ ਨੇ। ਇਹਦੀ ਆਪਾਂ ਜੇ ਆਪਾਂ ਗੱਲ ਕਰੀਏ ਵੀ ਸਲਟੀਮਾ ਦੀ ਵਰਤੋਂ ਕਦੋਂ ਕਰਨੀ ਹੈ, ਬੂਟਿੰਗ ਸਟੇਜ ਦੇ ਵਿੱਚ ਜਦੋਂ ਆਪਣੀ ਫਸਲ ਹੁੰਦੀ ਆ, ਮਤਲਬ ਭਗੋਲੇ ਦੇ ਵਿੱਚ ਹੁੰਦੀ ਆ, ਤਾਂ ਉਸ ਸਮੇਂ ਆਪਾਂ ਨੇ 400 ml ਸਲਟੀਮਾ ਦਵਾਈ ਦੀ ਵਰਤੋਂ ਕਰਨੀ ਹੈ, ਜਿਹੜੀ 150 ਤੋਂ ਲੈ ਕੇ 200 ਲੀਟਰ ਪਾਣੀ ਦੀ ਆਪਾਂ ਵਰਤੋਂ ਕਰਨੀ ਹੈ, ਤਾਂ ਕਿ ਆਪਾਂ ਨੂੰ ਸਹੀ ਉਹਦਾ ਦਵਾਈ ਦਾ ਜਿਹੜਾ ਉਹ ਰਿਜ਼ਲਟ ਮਿਲ ਸਕੇ। ਅਤੇ ਇਸ ਤੋਂ ਬਾਅਦ ਸਪਰੇ ਕਰਨ ਤੋਂ 15 ਦਿਨ ਬਾਅਦ ਜਦੋਂ ਆਪਣੀ ਫਸਲ ਦੀ ਹੈ ਜਿਹੜੀ ਫਲਾਵਰਿੰਗ ਸਟੇਜ ਸ਼ੁਰੂ ਹੋ ਜਾਂਦੀ ਆ, ਉਦੋਂ ਆਪਾਂ ਨੇ ਇਹਦੀ ਵਰਤੋਂ ਕਰਨੀ ਆ। ਇਹਦੇ ਆਪਾਂ ਨੂੰ ਹੋਰ ਫਾਇਦੇ ਕੀ ਮਿਲਦੇ ਨੇ, ਜਿਹੜੇ ਕਿ ਆਪਾਂ ਅਕਸਰ ਦੇਖੇ ਹੋਣਗੇ ਵੀ ਆਪਣੀ ਝੋਨੇ ਦੀ ਮੁੰਜਰ ਹੁੰਦੀ ਹੈ ਜਿਹੜੀ ਉਹਦੇ ਨੀਚੇ ਅਤੇ ਕੁਛ ਦਾਣੇ ਉੱਪਰ, ਉਹ ਜਿਹੜੇ ਨੇ ਫੋਕ ਰਹਿ ਜਾਂਦੀ ਆ ਦਾਣੇ ਦੇ ਵਿੱਚ, ਉਹ ਖਾਲੀ ਰਹਿ ਜਾਂਦੇ ਨੇ, ਥੋਥੇ ਰਹਿ ਜਾਂਦੇ ਨੇ, ਜਾਂ ਫਿਰ ਕੁਛ ਉਹਨਾਂ ਦੇ ਵਿੱਚ ਵਜਨ ਜਿਹੜਾ ਉਹ ਘੱਟ ਹੁੰਦਾ। ਉਹ ਸਾਰੀਆਂ ਚੀਜ਼ਾਂ ਦੇ ਲਈ ਜ਼ਿੰਮੇਵਾਰ ਇਹ ਕੁਛ ਇਸ ਫੰਗਸ ਹੈ ਜਿਹੜੀ ਕਿ ਸਲਟੀਮਾ ਦੁਆਰਾ ਇਹ ਦੂਰ ਕੀਤੀ ਜਾਂਦੀ ਹੈ, ਬਲਾਸਟ ਰੋਗ ਨੇ ਜਿਹੜੇ ਉਹ ਦੂਰ ਕੀਤੇ ਜਾਂਦੇ ਨੇ, ਆਪਣੀ ਫਸਲ ਹੈ ਜਿਹੜੀ ਉਹ ਹਰੀ ਭਰੀ ਰਹਿੰਦੀ ਹੈ ਇਸ ਦਵਾਈ ਦੀ ਵਰਤੋਂ ਕਰਨ ਦੇ ਨਾਲ। ਅਸੀਂ ਇੱਥੇ ਇਹਦੀ ਵਰਤੋਂ ਕੀਤੀ ਹੈ, ਅਤੇ ਹੋਰ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ, ਫਸਲ ਜਿਹੜੀ ਕਿ ਹੁਣ ਨਿਸਰ ਚੁੱਕੀ ਆ, ਬਾਸਮਤੀ ਦੀ ਫਸਲ ਆ ਇਹ ਨਿਸਰ ਚੁੱਕੀ ਆ, ਅਤੇ ਬਿਲਕੁਲ ਵੀ ਇਹਦੇ ਵਿੱਚ ਸਾਰੇ ਏ ਤੋਂ ਲੈ ਕੇ ਜੈੱਡ ਤੱਕ ਨੇ ਦਾਣੇ ਨੇ ਜਿਹੜੇ ਉਹ ਸਾਰੀ ਦੀ ਸਾਰੀ ਮੁੰਜਰ ਹੈਵੀ ਆ, ਕੋਈ ਵੀ ਇਹਦੇ ਵਿੱਚ ਫੋਕ ਵਾਲਾ ਦਾਣਾ ਜਿਹੜਾ ਉਹ ਨਹੀਂ ਹੈਗਾ, ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਸੋ ਇਹੀ ਜਿਹੜੇ ਕੁਛ ਆਪਾਂ ਨੂੰ ਫਾਇਦੇ ਨੇ ਉਹ ਇਸ ਦਵਾਈ ਦੇ ਨਾਲ ਮਿਲਦੇ ਨੇ। ਅਤੇ ਆਖਰ ਦੇ ਵਿੱਚ ਅਸੀਂ ਇਹੀ ਕਹਿਣਾ ਚਾਹਾਂਗੇ ਵੀ ਗਲਤ ਦਵਾਈ ਹੈ ਜਿਹੜੀ ਆਪਾਂ ਚੂਜ਼ ਨਾ ਕਰੀਏ, ਕਿਉਂਕਿ ਇੰਨੀ ਸਾਰੀ 6 ਮਹੀਨੇ ਦੀ ਆਪਣੀ ਮਿਹਨਤ ਲੱਗਦੀ ਹੈ ਜਿਹੜੀ ਫਸਲ ਨੂੰ ਪਾਲਣ ਦੇ ਲਈ,
ਤੇ ਲਾਸਟ ਦੇ ਵਿੱਚ ਆਪਾਂ ਜੇ ਇੱਕ ਵੀ ਗਲਤੀ ਕਰ ਲੈਂਦੇ ਹਾਂ ਤਾਂ ਆਪਾਂ ਨੂੰ ਉਹ ਜਿਹੜਾ ਨੁਕਸਾਨ ਆ ਉਹ ਝੱਲਣਾ ਪੈਂਦਾ। ਸੋ ਇਸ ਤੋਂ ਇਲਾਵਾ ਦੋਸਤੋ ਜਿਹੜੇ ਵੀ ਕਿਸਾਨ ਵੀਰ ਇਸ ਦਵਾਈ ਦੀ ਵਰਤੋਂ ਕਰਦੇ ਨੇ ਜਾਂ ਕਰ ਰਹੇ ਨੇ ਉਹ ਉਹਨਾਂ ਨੂੰ ਕੀ ਰਿਜ਼ਲਟ ਮਿਲਿਆ ਉਹ ਜ਼ਰੂਰ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰਿਓ ਤਾਂ ਕਿ ਹੋਰ ਵੀ ਕਿਸਾਨ ਵੀਰਾਂ ਨੂੰ ਜਿਹੜੀ ਇਸ ਤੋਂ ਮਦਦ ਮਿਲ ਸਕੇ। ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ, ਮਿਲਦੇ ਹਾਂ ਕਿਸੇ ਅਗਲੀ ਹੋਰ ਵੀਡੀਓ ਦੇ ਵਿੱਚ। ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ।